ਬਾਈ ਐਤਕੀ ਵੋਟ ਕਿਹਨੂੰ ਪਾਏਗਾ? ਓਏ ਆਪਾਂ ਤਾਂ ਮਸ਼ੀਨ ਨੂੰ ਪਾਉਣੀ ਆ, ਮਸ਼ੀਨ ਨੇ ਪਤਾ ਨਹੀਂ ਕਿਹਨੂੰ ਪਾ ਦੇਣੀ ਆ। ਉਹ ਕਿਵੇਂ ਤਿੱਕੜੀ ਬੈਠੀ ਆ ਖੇਤਾਂ 'ਚ, ਕਿਤੇ ਕੋਈ ਪਰਦੇ ਦੀ ਗੱਲ ਤਾਂ ਨਹੀਂ ਕਰ ਰਹੇ? ਆ ਜਾ ਪਰਦੇ ਤਾਂ ਸਭ ਦੇ ਚੱਕਦੇ। ਹੋਰ ਸੁਣਾ ਕੀ ਹਾਲ ਆ, ਕਿਵੇਂ ਆਉਣੇ ਹੋਏ? ਆਉਣੇ ਆਉਣੇ ਕਾਹਦੇ, ਆ ਵੋਟਾਂ ਨੇੜੇ ਆ ਗਈਆਂ, ਕੀ ਵਿਚਾਰ ਆ? ਲੈ ਦੱਸ, ਓਏ ਅਸੀਂ ਕਿਤੇ ਤੈਥੋਂ ਬਾਹਰ, ਜਿਹਨੂੰ ਕਹੇਗਾ ਉਹਨੂੰ ਭੁਗਤ ਜਾਵਾਂਗੇ। ਲੈ ਫਿਰ ਤਾਂ ਸਾਡੇ ਧੰਨ ਭਾਗ, ਮੈਂ ਤਾਂ ਕਹਿੰਦਾ ਪਹਿਲਾਂ ਵਾਲੇ ਤੋਂ 100 ਗੁਣਾ ਚੰਗੇ ਸੀ। ਆਹ ਤਾਂ ਬਿਲਕੁਲ ਠੀਕ ਗੱਲ ਕਹੀ ਆ ਬਾਈ, ਆਹ ਹੁਣ ਵਾਲੇ ਤਾਂ ਪਤੰਦਰ ਦਰਸ਼ਨ ਨਹੀਂ ਦਿੰਦੇ, ਤੇ ਆਹ ਕੰਮ ਕਰਾਉਣੇ ਤਾਂ ਦੂਰ ਦੀ ਗੱਲ ਆ। ਬਿਲਕੁਲ ਠੀਕ ਕਿਹਾ, ਇਹ ਪਤੰਦਰ ਕਾਸੇ ਜੋਗਾ ਨਹੀਂ, ਬਸ ਲਿਪਿਆ ਪੋਚਿਆ ਰਹਿੰਦਾ, ਕੰਮ ਕਰਨੇ ਤਾਂ ਬੜੇ ਦੂਰ ਦੀ ਗੱਲ ਆ। ਬਾਈ ਅਸੀਂ ਵੀ ਇਹੀ ਸਲਾਹ ਕਰਦੇ ਸੀ ਵੀ ਉਹਦੇ ਵਰਗਾ ਬਣਨਾ ਬਹੁਤ ਔਖਾ। ਬਾਈ ਆਪਦਾ ਸਾਰਾ ਸੁੱਖ ਚੈਨ ਲੋਕਾਂ ਦੀ ਸੇਵਾ ਲਈ ਲਾ ਤਾ ਅਗਲੇ ਨੇ। ਉਹ ਯਾਰ ਇਹਨੂੰ ਹੀ ਲੋਕ ਸੇਵਾ ਕਹਿੰਦੇ ਨੇ, ਕਹਿਣੀ ਤੇ ਕਰਨੀ ਦਾ ਪੂਰਾ। ਪਰ ਲੀਡਰ ਮਤਲਬ ਨੂੰ ਘੁਰਨੇ ਚੋਂ ਨਿਕਲਦੇ ਹਾਂ, ਪਰ ਇਹ ਵਾਅਦੇ ਦਾ ਪੱਕਾ ਰਿਹਾ। ਬਈ ਮੈਂ ਵੀ ਇਹੀ ਕਹਿਣਾ ਵੀ ਅਗਲੇ ਜਨਮ 'ਚ ਵੀ ਆਪਾਂ ਨੂੰ ਉਹਨਾਂ ਦਾ ਹੀ ਸਾਥ ਮਿਲੇ। ਆ ਸਿਆਣੇ ਕਹਿੰਦੇ ਨਾ ਕਿ ਨਵਾਂ 9 ਦਿਨ ਤੇ ਪੁਰਾਣਾ 100 ਦਿਨ, ਉਹ ਗੱਲ ਪੱਕੀ ਆ ਬਾਈ। ਉਹ ਲੋਕਾਂ ਦੇ ਕੰਮ ਆਉਣ ਵਾਲੇ ਆ, ਗੱਲਾਂ ਤਾਂ ਹੋਰ ਬਥੇਰੇ ਵੱਡੀਆਂ ਵੱਡੀਆਂ ਮਾਰਦੇ ਆ, ਪਰ ਇੱਕ ਆਵਾਜ਼ ਮਾਰੀ ਤੋਂ ਉਹੀ ਖੜਦੇ ਆ। ਉਹ ਬਾਈ ਨਿਭਾਉਣ ਵਾਲੇ ਵੀ ਆ, ਲੋੜ ਵੇਲੇ ਕੰਮ ਆਉਣ ਵਾਲੇ ਵੀ ਆ। ਆ ਦੇਖ ਲੋ ਆਪਣੇ ਆਲੇ ਦੁਆਲੇ ਰੰਗ ਲਾਏ ਪਏ ਆ। ਓਏ ਹੁਣ ਵਾਲੇ ਨੇ ਤਾਂ ਡੱਕਾ ਦੂਰਾ ਨਹੀਂ ਕੀਤਾ, ਸੜਕਾਂ ਦੇ ਟੋਏ ਨਹੀਂ ਭਰ ਹੋਏ ਨਾ। ਆ ਬਈ ਜਿਹੋ ਜਿਹਾ ਕੋਈ ਵਿਚੂ ਉਹੋ ਜਿਹਾ ਵੱਡੂ ਹੈ। ਕੋਈ ਗੱਲ ਨੀ, ਐਤਕੀਆਂ ਨੂੰ ਝੋਟੀਆਂ ਚੰਗਾ ਕੇ ਹੀ ਹਟਾਂਗੇ, ਉਹਨਾਂ ਨੂੰ ਲਿਆਵਾਂਗੇ। ਹਾਂ ਬਈ ਦੋਹਾਂ 'ਚ 100 ਕੋ ਦਾ ਫਰਕ ਹੈ, ਹਰ ਗੱਲ ਦਾ ਹਰ ਕੰਮ ਦਾ। ਬਈ ਅਗਲਾ ਫੋਕੀਆਂ ਫੜਾ ਨਹੀਂ ਮਾਰਦਾ, ਬਈ ਉਹਦੇ ਕੰਮ ਬੋਲਦੇ ਆ।
ਖੜੇ ਨੇ ਤਾਂ ਆਪਣੇ ਏਰੀਏ ਵਿੱਚ ਬੜਾ ਵਿਕਾਸ ਕਰਾਇਆ, ਇਹਨਾਂ ਨੇ ਵਿਨਾਸ਼ ਕਰਾਇਆ। ਓਏ ਆ ਬਾਹਲ, ਜਾਲਾ, ਖੇੜੀ 415 ਲੈਟਰੀਨਾਂ ਬਣਾਈਆਂ ਬਈ, ਔਰਤਾਂ ਤਾਂ ਉਹਨਾਂ ਦੇ ਗੁਣ ਗਾਉਂਦੀਆਂ ਨਹੀਂ ਥੱਕਦੀਆਂ। ਨਾਲੇ ਸਿਉਣਾ ਵਿੱਚ ਸਕੂਲ ਦੀ ਇਮਾਰਤ ਵੀ ਇਹਨੇ ਬਣਾਈ ਆ, ਲੈ ਰੱਖੜੇ ਦੀ ਕੋਈ ਰੀਸ ਕਿਵੇਂ ਕਰ ਲੂ। ਰੱਖੜੇ ਨੇ ਤਾਂ ਆਪਣੇ ਪਿੰਡ ਦੇ ਬੜੇ ਕੰਮ ਕੀਤੇ ਨੇ, 4-5 ਲੱਖ ਤਾਂ ਮਿਡਲ ਸਕੂਲ ਨੂੰ ਹੀ ਦਿੱਤਾ। ਸੂਲੇਰ ਪਿੰਡ ਕਣੀਆਂ ਸਕੂਲ ਨੂੰ 5 ਲੱਖ ਦਿੱਤਾ। ਆ ਫਤਿਹ ਮਾਜਰੀ ਪਿੰਡ ਦੀ ਧਰਮਸ਼ਾਲਾ ਵੀ ਰੱਖੜੇ ਨੇ ਬਣਵਾਈ ਆ। ਓਏ ਆ ਤਵਲਾਨ ਸਕੂਲ ਦੇ ਵਿੱਚ ਕੰਪਿਊਟਰ ਰੂਮ ਵੀ ਰੱਖੜੇ ਨੇ ਬਣਵਾਏ, ਨਾਲੇ 64 ਪਿੰਡ ਦੇ ਸਕੂਲ ਦੀ 4 ਦੀਵਾਰੀ ਤੇ ਫਰਸ਼ ਵੀ ਰੱਖੜੇ ਨੇ ਬਣਵਾਏ ਨੇ। ਸਾਰੇ ਪਿੰਡ ਵਿੱਚ ਕੰਮ ਵੀ ਬਹੁਤ ਕਰਾਏ, ਰੱਖੜੇ ਨੇ ਗਲੀਆਂ ਨਾਲੀਆਂ ਪੱਕੀਆਂ ਕਰਵਾਈਆਂ ਨੇ। ਉਹ ਮੈਂ ਤੁਹਾਨੂੰ ਹੋਰ ਦੱਸਦਾ, ਗਾਜੇਵਾਸ ਤੇ ਸੇਖੂਪੁਰਾ ਪਿੰਡ ਦੀਆਂ ਧਰਮਸ਼ਾਲਾ ਵੀ ਰੱਖੜੇ ਨੇ ਬਣਵਾਈਆਂ। ਇਉਂ ਤਾਂ ਫਿਰ ਗੱਜੂ ਮਾਜਰੇ 'ਚ ਜਨਾਨੀਆਂ ਲਈ ਲੈਟਰੀਨਾਂ ਵੀ ਬਣਾਈਆਂ, ਬਈ ਉੱਥੋਂ ਦੇ ਲੋਕ ਤਾਂ ਬਹੁਤ ਖੁਸ਼ ਆ। ਉਹ ਮੇਰੇ ਹੋਰ ਯਾਦ ਆ ਗਿਆ, ਅਲੀਪੁਰ ਰਾਈਆਂ ਪਿੰਡ ਦੀਆਂ ਫਿਰਨੀਆਂ ਵੀ ਤਾਂ ਰੱਖੜੇ ਨੇ ਪੱਕੀਆਂ ਕਰਾਈਆਂ। ਹਾਂ ਆਈਆਂ ਫਿਰ, ਰੱਖੜਾ ਸਾਹਿਬ ਨੇ ਤਾਂ ਬੜੇ ਵਧੀਆ ਕੰਮ ਕਰਾਏ ਆ। ਗਾਜੇਵਾਸ ਤੇ ਸੇਖੂਪੁਰਾ ਤੋਂ ਬਿਨਾਂ ਵੀ ਧਰਮਸ਼ਾਲਾ ਬਣਾਈਆਂ, ਜਿਵੇਂ ਕਾਨਗੜ, ਭੂਤਨਾ, ਸੰਨਾ, ਕਲਿਆਣ, ਆਹ ਨੇੜੇ ਨੇੜੇ ਦੇ ਜਿੰਨੇ 5-7 ਪਿੰਡ ਆ ਨਾ, ਸਾਰਿਆਂ ਦੀਆਂ ਧਰਮਸ਼ਾਲਾ ਰੱਖੜਾ ਸਾਹਿਬ ਨੇ ਬਣਾਈਆਂ। ਬਈ ਉਹਨਾਂ ਨੇ ਕੋਈ ਦਰ ਤੋਂ ਖਾਲੀ ਨਹੀਂ ਮੋੜਿਆ, ਇੱਕ ਦੇ ਵਾਢਿਓ ਸਾਰੇ ਪਿੰਡਾਂ ਨੂੰ ਗਰੰਟਾਂ ਦਿੱਤੀਆਂ। ਉਹ ਇਹਨਾਂ ਦੇ ਸਾਹਮਣੇ ਦੂਜੇ ਉਮੀਦਵਾਰ ਕਿਵੇਂ ਖੜ ਜਾਣਗੇ ਯਾਰ। ਯਾਰ ਲੋਕ ਤਾਂ ਪਛਤਾਉਂਦੇ ਨੇ ਨਵੇਂ ਨਵੇਂ ਇਕਲੇ ਬੰਦੇ ਨੂੰ ਜਿਤਾ ਕੇ, ਐਤਕੀ ਤਾਂ ਬਦਲਾ ਲੈਣ ਦੇ ਮੂਡ 'ਚ ਨੇ। ਹਾਂ ਉਹ ਕੋਈ ਗੱਲ ਨਹੀਂ, ਅੱਗੇ ਜਿਹੜੀ ਗਲਤੀ ਹੋਣੀ ਸੀ ਹੋ ਗਈ, ਐਤਕੀ ਵੋਟ ਰੱਖੜਾ ਸਾਹਿਬ ਦੀ ਪੱਕੀ। ਕਿਉਂ ਬਈ ਪੱਕੀ?
ਜ਼ਰੂਰੀ ਕੁੜੀਆਂ ਦੇ ਲਈ ਇੰਨਾ ਕਾਜ ਬੁਲਾਇਆ ਪਾਣੀ ਰੱਖਣੇ ਨੇ ਟਿੱਬਿਆਂ ਉੱਤੇ ਚੜਾਇਆ ਪਾਣੀ ਰੱਖਣੇ ਨੇ ਟਿੱਬਿਆਂ ਉੱਤੇ ਚੜਾਇਆ ਪਾਣੀ ਰੱਖਣੇ ਨੇ ਹੋ ਚਾਲੀ ਲੱਖ ਨਾਲ ਤਿੰਨ ਏਕੜ ਵਿੱਚ ਪਾਰਕ ਇੰਨਾ ਬਣਾਇਆ ਸ਼ਮਸ਼ਾਨ ਘਾਟ ਦੇ ਸੁੰਦਰੀ ਕਰਨ ਲਈ ਸ਼ਮਸ਼ਾਨ ਘਾਟ ਦੇ ਸੁੰਦਰੀ ਕਰਨ ਲਈ ਲੱਖਾਂ ਰੁਪਈਆ ਲਿਆਇਆ ਬਈ ਬਾਲਮੀਕ ਰਵਿਦਾਸ ਮੰਦਿਰ ਨੂੰ ਬਾਲਮੀਕ ਰਵਿਦਾਸ ਮੰਦਿਰ ਧਰਤੀ ਤੇ ਸਵਰਗ ਵਸਾਇਆ ਲੈ ਲੋ ਕਮਲੋ ਕੋ ਰੱਖੜਾ ਤੁਹਾਨੂੰ ਉੱਥੇ ਆਇਆ ਲੈ ਲੋ ਕਮਲੋ ਕੋ ਰੱਖੜਾ ਤੁਹਾਨੂੰ ਉੱਥੇ ਆਇਆ ਲੈ ਲੋ ਕਮਲੋ ਕੋ ਬਈ ਬਾਦਲ ਸਾਹਿਬ ਦਾ ਨਾਂ ਕੱਢ ਰਹੇ ਨੇ ਬਾਦਲ ਸਾਹਿਬ ਨੇ ਬਥੇਰੀਆਂ ਗ੍ਰਾਂਟਾਂ ਵੰਡੀਆਂ ਬਥੇਰਾ ਪੈਸਾ ਲਾਇਆ ਪੰਜਾਬ 'ਚ ਉਹ ਜਿਹੜੀਆਂ ਗਲੀਆਂ ਨਾਲੀਆਂ ਪੱਕੀਆਂ ਕਰਾਉਣ ਲਈ ਗ੍ਰਾਂਟਾਂ ਲੈ ਕੇ ਆਉਂਦੇ ਨੇ ਨਾ ਇਹ ਉੱਥੋਂ ਹੀ ਆਉਂਦੀਆਂ ਨੇ ਸਾਰੀਆਂ ਆ ਬਾਦਲ ਸਾਹਿਬ ਨੇ ਸੰਗਤ ਦਰਸ਼ਨਾਂ ਵੇਲੇ ਮਣਾ ਮੂਹੀ ਪੈਸਾ ਵੰਡਿਆ ਪਿੰਡਾਂ 'ਚ ਵੀਹ ਵੀਹ ਤੀਹ ਤੀਹ ਚਾਲੀ ਚਾਲੀ ਲੱਖ ਦਿੱਤਾ ਪਿੰਡਾਂ ਨੂੰ ਉਹ ਮੁਫ਼ਤ ਬਿਜਲੀ ਵਾਲਾ ਕੰਮ ਵੀ ਤਾਂ ਬਾਦਲ ਸਾਹਿਬ ਨੇ ਸ਼ੁਰੂ ਕੀਤਾ ਸੀ ਨਾਲੇ 600 ਤੋਂ ਉੱਤੇ ਤਾਂ ਗ੍ਰਿੱਡ ਬਣਾਤੇ ਪੰਜਾਬ ਦੇ ਵਿੱਚ ਓਏ 7-8 ਹਜ਼ਾਰ ਕਰੋੜ ਰੁਪਇਆ ਲੱਗਾ ਲੈਣਾ ਤੇ ਤਾਂ ਹੀ ਤਾਂ ਬਾਈ ਗ੍ਰਿੱਡਾਂ ਤੱਕ ਬਿਜਲੀ ਪਹੁੰਚੀ ਆ ਓ ਪੜੂਓ ਜੇ ਬਿਜਲੀ ਬਣੂ ਤਾਂ ਹੀ ਪਹੁੰਚੂ ਇਹ ਤਾਂ ਦੱਸ ਬਈ 5 ਥਰਮਲ ਪਲੈਟ ਲਿਆਂਦੇ ਤੂੰ ਹਲੇ ਤੱਕ ਦੱਸਿਆ ਨਹੀਂ ਕਿੰਨੇ ਪੈਸੇ ਲੱਗੇ ਥਰਮਲਾਂ ਤੇ ਓਏ 66 ਹਜ਼ਾਰ ਕਰੋੜ ਰੁਪਇਆ ਲੱਗਾ ਮੈਨੂੰ ਐਵੇਂ ਸਮਝਦਾ ਓ ਬਾਦਲ ਸਰਕਾਰ ਨੇ 16 ਹਜ਼ਾਰ ਕਰੋੜ ਸੜਕਾਂ ਤੇ ਲਾਤਾ ਸ਼ੰਭੂ ਜਲੰਧਰ ਜਿਹੜਾ 4-ਲਾਈਨਿੰਗ ਰੋਡ ਬਣਿਆ ਉਹਦੇ ਤੇ ਇਕੱਲਾ 1500 ਕਰੋੜ ਰੁਪਇਆ ਲਾਤਾ ਲਾ ਓਏ ਐਵੇਂ ਕਿੱਧਰ ਸ਼ੰਭੂ ਅੰਨੀ ਜਾ ਤੁਰਿਆ ਫਿਰਦਾ ਤੂੰ ਆਹਾ ਆਪਣੀ ਗੱਲ ਕਰ ਜਿਹੜਾ ਆਹਾ ਆਪਣਾ ਜੀਰਕਪੁਰ ਬਠਿੰਡਾ ਰੋਡ ਬਣਿਆ 4 ਲਾਈਨਾਂ 2500 ਕਰੋੜ ਖਰਚਿਆ 2500 ਕਰੋੜ ਸੱਚੀ ਗੱਲ ਆ ਬਈ ਜਿਵੇਂ ਦੁੱਖ ਤੋੜਤੇ ਪਹਿਲਾਂ ਐਕਸੀਡੈਂਟ ਹੀ ਬਹੁਤ ਹੁੰਦੇ ਸੀ ਬਹੁਤ ਜਾਨਾਂ ਗਵਾਈਆਂ ਬਈ ਬਈ ਬਾਦਲ ਸਰਕਾਰ ਆ ਜੇ ਸਾਰੇ ਅਧੂਰੇ ਕੰਮ ਸਿਰੇ ਚੜ ਜਾਣਗੇ ਆ ਚੰਡੀਗੜ੍ਹ ਗੰਗਾਨਗਰ ਜਲੰਧਰ ਮੋਗਾ ਆ 4-4 ਲਾਈਨਾਂ ਵਾਲੀਆਂ ਸੜਕਾਂ ਬਣ ਜਾਣਗੀਆਂ ਬਾਦਲ ਸਰਕਾਰ ਨੇ ਕਈ ਨਵੀਆਂ ਸੜਕਾਂ ਦਾ ਬਿੱਡ ਵਿੱਢਿਆ ਸੀ ਉਹ ਅਜੇ ਤੱਕ ਵੀ ਵਿਚਾਲੇ ਪਈਆਂ ਐ ਵਾਹਿਗੁਰੂ ਸੁੱਖ ਰੱਖੇ ਸਰਕਾਰ ਤਾਂ ਆਪਣੀ ਆਈ ਜਾਣੀ ਆ ਸਾਰੇ ਕੰਮ ਸਿਰੇ ਚੜ ਜਾਣਗੇ ਇਸ ਵਾਰੀ ਤਾਂ ਫਿਰ ਆਪਣਾ ਮੰਤਰੀ ਪੱਕਾ ਓਏ ਤੇਰਾ ਮੂੰਹ ਭਾਗਾਂ ਵਾਲਾ ਹੋਵੇ ਬਾਈ ਲੱਡੂ ਖਾਵਾਂਗੇ ਮਿੱਠੀ ਬੋਲੀ ਸੁਗੜ ਸਿਆਣੇ ਸਭ ਦੇ ਮਨ ਨੂੰ ਪਾਏ ਹਰ ਇੱਕ ਕੰਮ ਨੂੰ ਪੂਰ ਚੜਾਇਆ ਹੱਥ ਜਿਹਨੂੰ ਵੀ ਪਾਏ ਕਾਲੀ ਕਾਲ ਰੱਖੜੇ ਨੂੰ ਬਈ ਵੋਟਾਂ ਆਪਣੀਆਂ ਪਾਈਏ ਤੱਕੜੀ ਚੋਣ ਨਿਸ਼ਾਨ ਦਾ ਵੀਰੋ ਆਪਾਂ ਵੱਟਣ ਦਵਾਈਏ ਤੱਕੜੀ ਚੋਣ ਨਿਸ਼ਾਨ ਦਾ ਵੀਰੋ ਆਪਾਂ ਵੱਟਣ ਦਵਾਈਏ ਕਰਕੇ ਭੁੱਖ ਲੈ ਜਾਂਦੀ ਸਾਊ ਸੁਭਾ ਦੇ ਫੱਕਰ ਕਿਸੇ ਨਾਲ ਵੀ ਵੈਰ ਵਿਰੋਧ ਨੀ ਹਰ ਇੱਕ ਨਾ ਕਿਉਂ ਸ਼ੱਕਰ
दर्शन करके भुख लै जांदी साऊ सुबा दे फकर उतरे खरे कस वड्डी ते उतरे खरे कस वड्डी ते पावे सौ वारी अजमाइए सुरजीत सिंह रखड़े नू बई बोटा अपनिया पाइए तकड़ी चोण निशान दा वीरो आपा बटन दबाइए तकड़ी चोण निशान दा वीरो आपा बटन दबाइए पीड़ पवे जे वर कर उठे अगे मदद लई आउंदे इंसाफ मिले ना जितना ये खड़ाउंदे पीड़ पवे जे वर्कर उठते अगे मदद लई आउंदे जिन्ना चिर इंसाफ मिले ना जितना ये खड़ाउंदे एहो जिहा नहीं मिलना नेता एहो जिहा नहीं मिलना नेता दिल्ली दखण घूम आइए सुरजीत सिंह रखड़े ਬਈ ਵੋਟਾਂ ਆਪਣੀਆਂ ਪਾਈਏ ਤੱਕੜੀ ਚੋਣ ਨਿਸ਼ਾਨ ਦਾ ਵੀਰੋ ਆਪਾਂ ਬਟਨ ਦਬਾਈਏ ਤੱਕੜੀ ਚੋਣ ਨਿਸ਼ਾਨ ਦਾ ਵੀਰੋ ਆਪਾਂ ਬਟਨ ਦਬਾਈਏ ਰੱਤੀ ਭਰ ਵੀ ਹੋਮੇ ਨੀ ਵਿੱਚ ਲੋਕ ਸੇਵਾ ਦਾ ਖਾਸਾ खड़ा लो वहम करन ना मासा रत्ती भर भी होमे नी विच लोक सेवा दा खासा जिथे भी जी करे खड़ा लो वहम करन ना मासा जदो पहर दरवाजे खुले जदो पहर दरवाजे खुले जद मर्जी बढ़ जाइए सुरजीत सिंह रखड़े नू बई पाइए तकड़ी चोण निशान दा वीरो आपा बटन दबाइए तकड़ी चोण निशान दा वीरो आपा बटन दबाइए बारा कर दिंदे उत्थे जिथे अड्डी अड़ाउंदे कर दिंदे ओथे जिथे अड्डी अड़ाउंदे वोटां दे लई लोकां नू नी आपस विच लड़ाउंदे मौका इन्हां नू देवो बाकी मौका इन्हां नू देवो बाकी रहंदे सिरे कम लाइए सुरजीत सिंह रखड़े नू बई वोटां अपणियां पाइए तकड़ी चोण निशान दा वीरो आपा बटन दबाइए तकड़ी चोण निशान दा वीरो आपा बटन दबाइए भाई मेरा तो थोनू यही कहना भी ऐतकी आपा दुध दी राखी बिल्ला नहीं बिठाउणा बहुत होगी अग्गे माड़ी भाई अपना किहड़ा उहदे नाल वटदा रौला भाई जिहड़ा कम करूगा ना आपा तां उहदे नाल ओ भाई लोकां दा कुछ नहीं पता ना रखड़े ने किसे दा की बुरा करता ए तां बेचारा राम गऊआ ना किसे दी मक्की दड़ी है ना किसे दा वग चराया ओदी भाई पिट्ठ सुणदी आ मैं तां किसे दी माड़ी करदा सुनिया नहीं हां लंघ रौणी ते उच्चा गांव पिंड विच स्कूल कमरे बनाए 2.5 लाख रुपया लग्या होर तां होर कल्याण स्कूल दे विच कंप्यूटर रूम बनाया बहुत लखा रुपया लाता भी पिंडा च पंचायत घर बनाए कूका दुल्लड़ कोटला नसरू वो चुप कीती कानगढ़ ते भूतने विच भी काम कराए इउं तां पंचायत घर भेड़पुरा नसूपुर बादशाहपुर विच भी बनाए ने ना मैं सोनू अंग्रेजी बोलदा मैं दसी तां जाना भी पिंडा च काम कराए आ हां जेड़े स्कूलां च फंडा दी तोटाई फर्नीचर लैके दिता अतर माजरे दधेड़े
ਉੱਥੇ ਵੀ ਬਥੇਰਾ ਕੁਝ ਦਿੱਤਾ ਸਕੂਲਾਂ ਨੂੰ। ਆਏ ਤਾਂ ਬਈ ਰੱਖੜਾ ਹੀ ਅਸਲੀ ਹੱਕਦਾਰ ਆ ਆਪਣੀਆਂ ਵੋਟਾਂ ਦਾ। ਬਈ ਤੇਰੇ ਵਾਂਗੂ ਨਾ ਸਾਰੇ ਬੰਦਿਆਂ ਨੂੰ ਸੋਚਣਾ ਚਾਹੀਦਾ ਕਿ ਕੰਮ ਕਾਰ ਵਾਲੇ ਬੰਦੇ ਨੂੰ ਵੋਟ ਪਾਈ ਜਾਵੇ। ਬਾਹਰਲੇ ਉਮੀਦਵਾਰ ਨੂੰ ਇੱਥੋਂ ਭਜਾਓ ਯਾਰ, ਐਵੇਂ ਕੁੰਡਲੀ ਮਾਰੀ ਬੈਠਾ। ਬਾਈ ਆਪਾਂ ਘਰ ਦੇ ਬੰਦੇ ਨੂੰ ਛੱਡ ਕੇ ਤੇ ਪਰਾਏ ਨੂੰ ਕਿਉਂ ਚੁਣੀਏ ਯਾਰ? ਉਹਨੇ ਸਾਡੇ ਹਲਕੇ ਲਈ ਕੀ ਲਿਆਂਦਾ? ਸਾਡੇ ਖਾਲੀ ਹੱਥ ਠੂਠਾ ਫੜਾਤਾ, ਮੰਗੋ ਤੇ ਖਾਓ। ਉਹ ਯਾਰ ਰੱਖੜੇ ਦੀ ਕੀ ਰੀਸ ਕਰ ਲੂ, ਉਹ ਤਾਂ ਆਪਦੇ ਪੱਲਿਓ ਹੀ ਬਥੇਰਾ ਕੁਛ ਦੇਈ ਜਾਂਦਾ ਯਾਰ। ਉਹ ਇਹ ਤਾਂ ਜੂ ਨੀ ਦਿੰਦੇ, ਬਾਕੀ ਬਾਈ ਨੀਤ ਨੂੰ ਮਰਾਦਾ ਹੈ। ਓਏ ਨਾਲੇ ਇੱਕ ਇੱਕ ਵੋਟ ਤੇ ਉਹਦਾ ਹੱਕ ਹੈ, ਨਾਲੇ ਆਪਾਂ ਪਾਈਏ ਤੇ ਨਾਲੇ।
सुन लो, ये ता बादल साहब दियां करामता ने जेड़े इन्ने काम कराई जांदे आ। ले मेरी सुन ले, 460 करोड़ रुपया पखाने लई दिता, ते 1400 करोड़ रुपया गरीबां दे कच्चे घरां नूं पक्के बनाउण लई दिता। ओए 70 करोड़ रुपया बच्चियां दियां किताबां लई दिता, ते 317 करोड़ रुपया शगन स्कीमां लई दिता। पटुआ तू ता बड़ी रेख चमेख मारी जाना, तैनू इन्नियां गल्लां दा किवें पता? ओए पढ़िया लिखिया बादल साहब दे किस्से पढ़दा रहिंदा। विधवा ते बुढ़ापा पेंशन 19 लाख लोकां नूं मिलदी है, पता किन्ने पैसे लगदे ने? 7916 करोड़ रुपया बनदा। लै तू दस के होया चौड़ा, मैं चुप कर जाना। बादल साहब तां काम वाले फट्टे चक्की गए, ओया होण वाले नूं भी सिखा दियो कुछ। होण वाले ने की सिखना, इहदा टाइम लंघ गया, हुण तां बस रब रब करे। पछड़ियां श्रेणियां नूं 100 यूनिट बिजली दी माफ़ी दित्ती, ते बच्चियां दी पढ़ाई मुफ्त कीती। 4 लाख गरीब परिवारां नूं कनैक्शन भी मुफ्त बिजली दे दित्ते ने। विद्या दे मामले च आपां 14वें नंबर तों 3जे नंबर ते आ गए। 363 नवें स्कूल खोले, 1000 मिडल तों हाई कीता। ओ तू होर सुण, 7 पॉलीटेक्निक कॉलेज खोले, 40 ब्लाकां दे विच ITI चालू कराईआं, ते 7 आदर्श स्कूल चलाए 49 करोड़ च। ओ बाकी मैं दस दिना, साहित्यकारां दे इनाम 1 लाख तों 5 लाख कीते बादल सरकार ने। फतेहगढ़ साहब विखे गुरु ग्रंथ साहब यूनिवर्सिटी, चितकारा यूनिवर्सिटी, अदेन यूनिवर्सिटी, गुरु रविदास यूनिवर्सिटी, चंडीगढ़ यूनिवर्सिटी, किन्निया किन्निया गणावां के किन्निया यूनिवर्सिटियां खुलवा दित्तियां बादल सरकार ने। मैं तां भाई धन हो गया, कम्मां दी तां बादल साहब ने तह तोड़ी पई आ। पर एक गल सुन लो, हुण आपां नूं इन्हां कम्मां दा मुल मोड़ना चाहीदा। Bob
के मारे मार के बटे हेट कलब्बा नू पैसे किट्टी दे के मारे मार के बटे ਬਾਦਲ ਸਾਹਿਬ ਦੀਆਂ ਗੱਲਾਂ ਦੱਸੀਆਂ ਨੇ ਆ ਉਹ ਵੀ ਆਪਣੇ ਹਲਕੇ ਦੀਆਂ ਬਈ ਰਖੜੇ ਪਰਿਵਾਰ ਨੇ ਤਾਂ ਲੋਕ ਭਲਾਈ ਦੇ ਬਹੁਤਾ ਹੀ ਕੰਮ ਕੀਤੇ ਆ ਉਹ ਇਹਨਾਂ ਨੇ ਤਾਂ ਸਾਰਾ ਮੁਲਕ ਹੀ ਹੈਰਾਨ ਕਰਤਾ ਜਿਹੜੇ ਕੰਮ ਸਰਕਾਰ ਦੇ ਪੈਸੇ ਨਾਲ ਹੋਣੇ ਸੀ ਕਈ ਵਾਰੀ ਉਹ ਆਪਦੇ ਪੈਸੇ ਨਾਲ ਹੀ ਕਰ ਦਿੰਦੇ ਆ ਹਾਂ ਉਹ ਹੋਰ ਤਾਂ ਹੋਰ ਇਹਨਾਂ ਨੇ ਆਪਣੇ ਪਿਤਾ ਕਰਤਾਰ ਸਿੰਘ ਧਾਲੀਵਾਲ ਦੇ ਨਾਂ ਤੇ ਅਵਾਰਡ ਚਾਲੂ ਕੀਤਾ ਉਹਦੀ ਸਾਰੀ ਜ਼ਿੰਮੇਵਾਰੀ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਨੂੰ ਸੌਂਪੀ ਬਈ ਹਰ ਇੱਕ ਸਾਲ 5 ਸਾਹਿਤਕਾਰਾਂ ਨੂੰ ਚੁਣਿਆ ਗਿਆ ਜਿਨ੍ਹਾਂ ਦੇ ਪੱਲੇ 1-1 ਲੱਖ ਰੁਪਇਆ ਵੀ ਬਾਦਲ ਸਾਹਿਬ ਵੱਲੋਂ ਪਾਇਆ ਗਿਆ ਬਾਈ ਇੱਥੇ ਹੀ ਬਸ ਨਹੀਂ ਦਿੱਲੀ ਕਲਾ ਸੰਗਮ ਰਾਹੀਂ 11 ਲੇਖਕਾਂ ਨੂੰ ਵੀ ਨਵਾਜਿਆ ਗਿਆ ਉਹ ਇਹ ਤਾਂ ਇਹਨਾਂ ਦੀ ਦਿਲ ਦਰਿਆਈ ਆ ਇਹਨਾਂ ਕੋਲੇ ਬਥੇਰਾ ਪੈਸਾ ਪਰ ਇਹ ਤਾਂ ਉਹੀ ਸੋਚਦਾ ਜਿਹਨੇ ਸਮਾਜ ਬਚਾਉਣਾ ਹੁੰਦਾ ਹਾਂ ਜਿਵੇਂ ਇਹਨਾਂ ਨੇ ਤਾਮਿਲਨਾਡੂ ਦੇ ਵਿੱਚ ਸੁਨਾਮੀ ਆਈ ਸੀ ਲੱਖਾਂ ਲੋਕ ਬੇਘਰ ਹੋ ਗਏ ਉਹਦੇ 'ਚ ਉਸ ਫੰਡ ਦੇ ਵਿੱਚ 5 ਕਰੋੜ ਦੀ ਸੇਵਾ ਕੀਤੀ ਨਾਲੇ ਉੱਥੇ ਲੋਕਾਂ ਦੀ ਸੇਵਾ ਕੀਤੀ ਬਾਈ 1993 'ਚ ਦੱਖਣ 'ਚ ਹੜ੍ਹ ਆਏ ਸੀ ਅਤੇ ਉੱਥੇ ਵੀ ਇਹਨਾਂ ਨੇ ਲੋਕਾਂ ਦੀ ਬਹੁਤ ਸੇਵਾ ਕੀਤੀ ਜਾ ਕੇ ਬਾਈ ਮੈਂ ਤਾਂ ਇੱਥੋਂ ਤੱਕ ਸੁਣਿਆ ਇਹਨਾਂ ਦੇ ਘਰੇ ਕੋਈ ਫਰਿਆਦ ਲੈ ਕੇ ਆ ਜੇ ਕਦੇ ਖਾਲੀ ਨਹੀਂ ਮੋੜਦੇ ਹਲਕਾ ਤਾਂ ਰੱਖੜੇ ਨੇ ਤਾਰਨਾ ਹੀ ਸੀ ਗੁਆਂਢ ਮੱਥਾ ਵੀ ਤਾਰਤਾ ਆ ਰੋਟੀ ਅੱਖਾਂ ਦਾ ਹਸਪਤਾਲ ਆ ਜਿਹੜਾ ਉਹਨਾਂ ਨੂੰ ਲੱਖਾਂ ਰੁਪਈਏ ਦਿੱਤੇ ਜਦੋਂ ਉਹਨਾਂ ਦਾ ਜਗਾੜ ਹਿੱਲਿਆ ਸੀ ਨਾਭਾ ਪਬਲਿਕ ਸਕੂਲ ਵਾਲਿਆਂ ਨੇ ਕੁੜੀਆਂ ਦੇ ਹੋਸਟਲ ਦਾ ਰੋਣਾ ਰੋਇਆ ਤੇ ਉੱਥੇ ਵੀ ਜਾ ਕੇ ਇਹਨਾਂ ਨੇ 50 ਲੱਖ ਦਾ ਚੈੱਕ ਦੇਤਾ ਓਏ ਆਹੋ ਓਏ ਆ ਜਦੋਂ ਬਰਡਵਾਲ ਕਾਲਜ ਨਵਾਂ ਬਣਨ ਲੱਗਿਆ ਉਦੋਂ ਉਹਨਾਂ ਦਾ ਗੇਰ ਫਸ ਗਿਆ 1 ਕਰੋੜ ਰੁਪਈਆ ਉਦੋਂ ਹੀ ਦੇਤਾ ਤੇ ਨਾਲ ਕਹਿਤਾ ਜੇ ਹੋਰ ਲੋੜ ਹੋਈ ਤਾਂ ਫਿਰ ਦੱਸ ਦਿਓ ਨਾਲੇ ਪਟਿਆਲੇ ਸੀਨੀਅਰ ਸਿਟੀਜ਼ਨ ਦੀ ਇਮਾਰਤ ਗੁਰੂ ਤੇਗ ਬਹਾਦਰ ਸਕੂਲ ਤੇ ਖਾਲਸਾ ਸਕੂਲ ਨੂੰ ਵੀ ਕਰੋੜਾਂ ਦਾ ਦਾਨ ਦਿੱਤਾ ਸੀ ਇਹਨਾਂ ਨੇ ਆ ਜਦੋਂ ਆਨੰਦਪੁਰ ਸਾਹਿਬ ਅਕੈਡਮੀ ਨੂੰ ਤਾਲਾ ਲੱਗ ਗਿਆ ਸੀ ਹਜ਼ਾਰਾਂ ਬੱਚਿਆਂ ਦਾ ਭਵਿੱਖ ਖਤਰੇ 'ਚ ਪੈ ਗਿਆ ਸੀ 65 ਲੱਖ ਰੁਪਈਆ ਦੇ ਕੇ ਉਹਨਾਂ ਦਾ ਤੋਰਾ ਤੋਰਿਆ ਇਹਨਾਂ ਨੇ ਹੋਰ ਕੀ ਹੋਰ ਸੁਣੋ ਅਮਰੀਕੇ ਦੇ ਵਿੱਚ ਸੌਆਂ ਦੇ ਹਿਸਾਬ ਨਾਲ ਜਵਾਕ ਪੜ੍ਹਨ ਲਈ ਭੇਜੇ ਨਾਲੇ ਉਹਨਾਂ ਦੇ ਖਰਚੇ ਦੀ ਖੇਚਲ ਚੱਲੀ ਇਹ ਤਾਂ ਹਲਕੇ ਤੇ ਵਿਕਿਆ ਫਿਰਦਾ ਬਾਈ ਤਨ ਮਨ ਤਨ ਸਭ ਲਾਈ ਜਾਂਦਾ ਬਾਈ ਰੱਖੜੇ ਦੇ ਗੁਣ ਨਾ ਭੁਲਾਈਏ ਵੋਟਾਂ ਇਹਨਾਂ ਨੂੰ ਹੀ ਪਾਈਏ ਲੱਗ ਜਾਈਏ
ਛੇ ਪੱਤੇ ਨਾਲ ਭ੍ਰਿਸ਼ਟ ਹੋਣ ਨਹੀਂ ਦਿੱਤਾ ਇਹ ਇਲਾਕਾ ਚਿੱਟਾ ਵੜਨ ਨਹੀਂ ਦਿੱਤਾ ਇੱਥੇ ਲਾ ਕੇ ਰੱਖਿਆ ਨਾਕਾ ਚਿੱਟਾ ਵੜਨ ਨਹੀਂ ਦਿੱਤਾ ਇੱਥੇ ਲਾ ਕੇ ਰੱਖਿਆ ਨਾਕਾ ਉਹ ਗੱਲੀ ਬਾਤੀ ਵਿਗੜੇ ਵਿਗੜੇ ਨੀ ਉੱਤੇ ਲੈ ਆਈਏ ਨੀ ਉੱਤੇ ਲੈ ਆਈਏ ਉਹ ਕੰਮ ਕਰਾਉਂਦਾ ਰੱਖੜਾ ਐਵੇਂ ਨਾ ਗਹਿਰਾ ਪਿੱਛੇ ਲੱਗ ਜਾਈਏ ਖਾਤਾ ਕਦੇ ਰਾਜ ਕੀਤਾ ਨੀ ਹਰ ਵਾਰੀ ਪਿਆ ਪੰਗਾ ਇੱਕ ਵੀ ਦੱਸਣ ਕੰਮ ਉਹਨਾਂ ਨੇ ਕੀਤਾ ਹੋਵੇ ਚੰਗਾ ਇੱਕ ਵੀ ਦੱਸਣ ਕੰਮ ਉਹਨਾਂ ਨੇ ਕੀਤਾ ਹੋਵੇ ਚੰਗਾ ਕੀਤਾ ਜਬਰ ਬੇ ਦੋਸ਼ਿਆਂ ਉੱਤੇ ਛੋੜੀ ਜ਼ੁਲਮ ਦੀ ਟਾਈਏ ਹੁਕਮ ਕਰਾਉਂਦਾ ਰੱਖੜਾ ਐਵੇਂ ਨਾ ਗਹਿਰਾ ਪਿੱਛੇ ਲੱਗ ਜਾਈਏ ਦੇ ਲੈਣ ਪੈਸੇ ਅਫਸਰ ਕਰਦੇ ਨੇ ਮਨਮਾਨੀ ਲੁੱਟੋ ਖੁੱਟੋ ਰਾਜ ਕਰੋ ਨੇ ਦਿੱਤੀ ਗਾਲ ਜਵਾਨੀ ਲੁੱਟੋ ਖੁੱਟੋ ਰਾਜ ਕਰੋ ਨੇ ਦਿੱਤੀ ਗਾਲ ਜਵਾਨੀ ਉਹ ਪੈਸੇ ਲੈ ਕੇ ਦਿੱਤੀ ਨੌਕਰੀ ਕਿੱਕਣ ਭੀੜ ਪਚਾਈਏ ਹੁਕਮ ਕਰਾਉਂਦਾ ਰੱਖੜਾ ਐਵੇਂ ਨਾ ਗਹਿਰਾ ਪਿੱਛੇ ਲੱਗ ਜਾਈਏ ਦੇ ਕਮਿਸ਼ਨ ਕਰ ਸਾਡੇ ਨੇ ਵੱਡੇ ਸ਼ਾਮ ਰਾਜ ਆ ਦੌਲਤ ਦੇ ਖੜੇ ਕਰ ਲੈ ਵੱਡੇ ਵੱਡੇ ਸ਼ਾਮ ਰਾਜ ਆ ਦੌਲਤ ਦੇ ਖੜੇ ਕਰ ਲੈ ਵੱਡੇ ਵੱਡੇ ਉਹ ਰਾਜ ਲਿਆ ਕੇ ਫਿਰ ਉਹੀ ਮੁੜ ਪੁੱਠੀ ਸਦੀ ਨਾਲ ਆਈਏ ਸਦੀ ਨਾਲ ਆਈਏ ਹੁਕਮ ਕਰਾਉਂਦਾ ਰੱਖੜਾ ਐਵੇਂ ਨਾ ਗਹਿਰਾ ਪਿੱਛੇ ਲੱਗ ਜਾਈਏ ਕੰਮ ਕਰਾਉਂਦਾ ਰੱਖੜਾ ਐਵੇਂ ਨਾ ਗਹਿਰਾ ਪਿੱਛੇ ਲੱਗ ਰੇਤਾ ਬਜਰੀ ਵੀ ਉਹ ਖਾ ਗਏ ਵੱਟ ਸਾਡੇ ਨੇ ਕੱਢੇ ਭੁੱਖੜ ਰੱਜਣ ਨਾ ਭੁੱਖਾ ਰੱਜ ਜੇ ਉਹ ਇਹਨਾਂ ਨੇ ਅੱਡੇ ਭੁੱਖੜ ਰੱਜਣ ਨਾ ਭੁੱਖਾ ਰੱਜ ਜੇ ਉਹ ਇਹਨਾਂ ਨੇ ਅੱਡੇ ਉਹ ਕਰੀਏ ਪੱਤਾ ਸਾਫ ਲੋਟੂਆਂ ਦੀ ਉਹ ਗੋਡੀ ਲਵਾਈਏ ਹੁਕਮ ਕਰਾਉਂਦਾ ਰੱਖੜਾ ਐਵੇਂ ਨਾ ਗਹਿਰਾ ਪਿੱਛੇ ਲੱਗ ਜਾਈਏ ਸੱਤ ਅੱਠ ਡਿਗਰੀ ਕਾਲਜ ਨਵੇਂ ਬਣਵਾਏ ਉਹਨਾਂ ਦੀਆਂ ਇਮਾਰਤਾਂ ਲਈ 136 ਕਰੋੜ ਰੁਪਇਆ ਲਾਇਆ ਅਤੇ SST ਕਪੂਰਥਲਾ ਦੇ MSB ਰੋਪੜ ਵੀ ਬਣਵਾਏ ਉਹ ਡੁੱਬਦੀ ਕਿਸਾਨੀ ਵੀ ਬਾਦਲ ਨਹੀਂ ਤਾਰੀ ਹੈ ਆਹ ਮੋਟਰਾਂ ਦੇ ਬਿੱਲ ਕੋਈ ਐਵੇਂ ਮਾਫ਼ ਨਹੀਂ ਹੋਏ ਬਾਦਲ ਹਰ ਸਾਲ ਆਪਣੇ ਖਜ਼ਾਨੇ 'ਚੋਂ 5000 ਕਰੋੜ ਦਿੰਦਾ ਰਿਹਾ ਯਾਰ ਜਿੱਥੇ ਸੋਕਾ ਪਿਆ ਉੱਥੇ 300 ਕਰੋੜ ਰੁਪਇਆ ਵੀ ਤਾਂ ਬਾਦਲ ਸਾਹਿਬ ਨੇ ਦਿੱਤਾ ਘੱਗਰ ਨਦੀ 'ਤੇ 1100 ਕਰੋੜ ਰੁਪਇਆ ਲਾਇਆ 400 ਕਰੋੜ ਰੁਪਇਆ ਲਾ ਕੇ ਨਹਿਰਾਂ ਪੱਕੀਆਂ ਕੀਤੀਆਂ ਹਾਂ ਇਹ ਗੱਲ ਤਾਂ ਸਹੀ ਆ ਤੂੰ ਹੋਰ ਸੁਣ ਫਰਦਾਂ ਵਾਸਤੇ ਪਟਵਾਰੀਆਂ ਕੋਲ ਨਹੀਂ ਭੱਜਣਾ ਪੈਂਦਾ ਹੁਣ ਸਾਰਾ ਕੰਮ ਮਿੰਟੋ ਮਿੰਟੀ ਕੰਪਿਊਟਰਾਂ ਤੇ ਹੋ ਜਾਂਦਾ ਬਾਦਲ ਸਰਕਾਰ ਨੇ ਇੱਕ ਹੋਰ ਵੱਡਾ ਕੰਮ ਕੀਤਾ 24,000 ਕਰੋੜ ਰੁਪਇਆ ਲਗਾ ਕੇ ਨਾ ਗੁਰੂ ਗੋਬਿੰਦ ਸਿੰਘ ਤੇਲ ਸ਼ੁੱਧ ਕਾਰਖਾਨਾ ਲਾਇਆ ਬਠਿੰਡੇ ਉਹ 12,000 ਕਰੋੜ ਲੋਕਾਂ ਨੂੰ ਸਿੱਧਾ ਹੀ ਰੁਜ਼ਗਾਰ ਮਿਲਿਆ ਬਈ ਹੁਣ ਡੀਜ਼ਲ ਦੀ ਘਾਟ ਤਾਂ ਨਹੀਂ ਰਹਿਣੀ ਬਿਜਲੀ ਤਾਂ ਵਾਧੂ ਕਰਤੀ ਸੀ ਮੁਕਤਸਰ ਮਖੂ ਨਕੋਦਰ ਧੂਰੀ 400 KV ਦੇ ਸਬ ਸਟੇਸ਼ਨ ਚਾਲੂ ਕਰਾਏ ਯਾਰ 300 KV ਸਬ ਸਟੇਸ਼ਨ ਹੰਡਿਆਇਆ ਤਰਨ ਤਾਰਨ ਤੇ ਜੀਤਗੜ੍ਹ ਵੀ ਬਾਦਲ ਸਾਹਿਬ ਨੇ ਬਣਾਏ ਆ ਓਏ ਆ ਹਰਿਮੰਦਰ ਸਾਹਿਬ ਜਿਹੜੀ ਮੂਹਰੇ ਜਗ੍ਹਾ ਬਣਾਈ ਆ
80 करोड़ रुपया लग्या। ਸਰਕਾਰ ਨੇ ਕੋਈ ਥੋੜੇ ਕੰਮ ਕੀਤੇ ਆ ਯਾਰ। ਆ ਆਨੰਦਪੁਰ ਸਾਹਿਬ ਵਿਰਾਸਤ ਏ ਖਾਲਸਾ ਯਾਦਗਾਰੀ ਉਸਾਰੀ, ਓਏ ਸਿੱਖੀ ਜਜ਼ਬਾ ਜਗਾਇਆ। ਹਾਂ, ਨਾਲੇ ਆਹ ਕਾਨੂ ਬਾਲ ਛੋਟੇ ਘੱਲੂ ਘਾਰੇ ਦੀ ਯਾਦਗਾਰ ਬਣਾਈ ਤੇ ਕਰਤਾਰਪੁਰ ਜੰਗੇ ਆਜ਼ਾਦੀ ਦੇ ਸ਼ਹੀਦਾਂ ਦੀ ਯਾਦਗਾਰ ਚਾਲੂ ਕਰਾਈ। ਉਹ ਕੋਪੜ ਹੀਰੇ ਜਿੱਥੇ 3500 ਸਿੰਘ ਸ਼ਹੀਦ ਹੋਏ, ਵੱਡੇ ਘੱਲੂ ਘਾਰੇ ਦੀ ਯਾਦ ਵਿੱਚ 10 ਏਕੜ 'ਚ ਯਾਦਗਾਰ ਬਣਾਈ ਹੈ। ਬਸ ਜਣੀ ਦੇਖੀ ਜਾ। ਹਾਂ, ਤੇ ਹੋਰ ਸੁਣ, 1,16,000 ਨੌਕਰੀਆਂ ਦਿੱਤੀਆਂ ਸਿਹਤ ਵਿਭਾਗ ਤੇ ਪੁਲਿਸ ਮਹਿਕਮੇ ਨੂੰ, ਤੇ ਨਾਲ ਹੀ ਸਕੂਲਾਂ ਦੇ ਵਿੱਚ 2,500 RO ਤੇ ਵਾਟਰ ਬਾਕਸ। ਇਹ ਸਾਰਾ ਕੁਛ
ਬਾਦਲ ਸਰਕਾਰ ਵੇਲੇ ਹੋਇਆ? ਲੈ ਇੰਨਾ ਕੁਛ ਬਾਦਲ ਸਾਹਿਬ ਨੇ ਕਰਾਤਾ, ਕਾਂਗਰਸੀ ਫੇਰ ਰੋਈ ਜਾਂਦੇ ਆਖੇ ਬਾਦਲ ਸਰਕਾਰ ਨੇ ਕੀਤਾ ਕੱਖ ਨੀ। ਓਏ ਵਿਰੋਧੀ ਪਾਰਟੀਆਂ ਤਾਂ ਕਹਿੰਦੀਆਂ ਹੀ ਹੁੰਦੀਆਂ, ਆਪਾਂ ਕਿਹੜਾ ਕਿਸੇ ਦਾ ਮੂੰਹ ਫੜ ਲੈਣਾ ਯਾਰ। 15 ਡਿਗਰੀ ਕਾਲਜ, 6 ਯੂਨੀਵਰਸਿਟੀਆਂ, ਮੈਂ ਕਿਹਾ ਨਜ਼ਾਰੇ ਹੀ ਲਿਆ ਤੇ ਬਾਦਲ ਸਾਹਿਬ ਨੇ। ਉਹ ਆ ਮਾਈ ਭਾਗੋ ਸਕੀਮ ਚਲਾ ਕੇ 100 ਕਰੋੜ ਰੁਪਈਏ ਦੇ ਕੁੜੀਆਂ ਨੂੰ ਸਾਈਕਲ ਹੀ ਵੰਡਤੇ। ਓਏ ਜਨਮ ਲੈਣ ਵਾਲੀ ਹਰੇਕ ਕੁੜੀ ਨੂੰ 20,000 ਦੀ FD ਵੀ ਕਰਵਾ ਕੇ ਦਿੱਤੀ ਆ। ਆ ਤਾਂ ਬਈ ਪੁੰਨ ਹੀ ਲੈ ਲਿਆ, ਨਾਲੇ ਤਾਂ ਹੁਣ ਕੁੜੀਆਂ ਦੀ ਗਿਣਤੀ ਵੱਧ ਜੂ, ਨਾਲੇ ਬਈ ਕੁੜੀਆਂ ਮਾਪਿਓ ਤੇ ਹੁਣ ਬੋਝ ਨਹੀਂ ਰਹਿਣਗੀਆਂ। ਪਰ ਕਾਂਗਰਸੀਆਂ ਨੇ ਸੜਕਾਂ ਘਸਾਈਆਂ ਹੀ ਨੇ, ਬਣਾਉਣ ਬਾਰੇ ਨਹੀਂ ਸੋਚਿਆ। ਬਾਦਲ ਸਾਹਿਬ ਨੇ ਪਿੰਡਾਂ ਦੀਆਂ ਲਿੰਕ ਸੜਕਾਂ ਤੇ 1856 ਕਰੋੜ ਰੁਪਇਆ ਖਰਚਿਆ ਸੀ। ਹਾਂ ਇਹ ਤਾਂ ਹੈ, ਤੂੰ ਹੋਰ ਦੇਖ, 28 ਰੇਲਵੇ ਓਵਰ ਬ੍ਰਿਜ ਬਣਾਏ, ਉਹ ਫਾਟਕਾਂ ਫੂਟਕਾਂ ਦਾ ਫਾਹਾ ਹੀ ਵੜਤਾ, ਤੇ ਨਾਲੇ 10 ਹੋਰ ਚਾਲੂ ਕਰਵਾਏ, ਤੇ ਸੀਵਰੇਜ ਵਾਸਤੇ ਕਰੋੜਾਂ ਹੀ ਰੁਪਈਆ ਖਰਚਤਾ। ਓਏ ਸਤਲੁਜ ਬਿਆਸ ਦਰਿਆਵਾਂ ਉੱਤੇ 7 ਲੰਬੇ ਪੁਲ ਬਣਾਏ, ਬਾਈ ਇਹ ਸਰਕਾਰ ਰਹਿ ਜਾਂਦੀ ਨਾ ਇਹਨਾਂ ਦੀ, ਮੈਂ ਗਰੰਟੀ ਦਿੰਦਾ ਇਹਨਾਂ ਨੇ ਲੁਧਿਆਣੇ ਮੈਟਰੋ ਚਲਾ ਦੇਣੀ ਸੀ ਯਾਰ। ਯਾਰ ਮੈਟਰੋ ਨਾ ਸਹੀ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਵਿੱਚ ਸਿਟੀ ਬੱਸਾਂ ਵੀ ਬਾਦਲ ਸਾਹਿਬ ਨੇ ਚਲਾਈਆਂ। ਪੰਜਾਬ ਰੋਡਵੇਜ਼ ਤੇ ਪੈਪਸੂ ਰੋਡਵੇਜ਼ ਨੂੰ 1709 ਬੱਸਾਂ ਨਵੀਆਂ ਦਿੱਤੀਆਂ ਸੀ ਇਹਨਾਂ ਨੇ। ਤੇ ਨਾਲੇ ਹੋਰ ਸੁਣ, ਆਹਾ ਬਠਿੰਡੇ ਤੇ ਮੋਹਾਲੀ 100 ਕਰੋੜ ਦੀ ਲਾਗਤ ਦੇ ਨਾਲ ਮੈਕਸ ਹਸਪਤਾਲ ਬਣਾਏ, ਤੇ ਬਾਕੀ ਆਹਾ 108 ਐਂਬੂਲੈਂਸ, ਇਹ ਵੀ ਤਾਂ ਬਾਦਲ ਸਾਹਿਬ ਟਾਈਮ ਹੀ ਚੱਲੀ। ਜ਼ਿਲ੍ਹਿਆਂ ਵਿੱਚ 100-100 ਬਿੱਡਾਂ ਵਾਲੇ ਤੇ ਤਹਿਸੀਲਾਂ ਵਿੱਚ 50-50 ਬਿੱਡਾਂ ਵਾਲੇ ਘੱਟ ਤੋਂ ਘੱਟ 30 ਹਸਪਤਾਲ ਖੋਲੇ। ਯਾਰ 3 ਵਿਸ਼ਵ ਕਬੱਡੀ ਕੱਪ ਵੀ ਤਾਂ ਬਾਦਲ ਸਾਹਿਬ ਨੇ ਕਰਵਾਏ ਸੀ, ਅਤੇ 10.5 ਕਰੋੜ ਰੁਪਇਆ ਖਿਡਾਰੀਆਂ ਨੂੰ ਇਨਾਮਾਂ ਵਜੋਂ ਹੀ ਵੰਡਤਾ ਸੀ ਇਹਨਾਂ ਨੇ। ਓਏ ਆ ਖੇਡਾਂ ਦੀ ਗੱਲ ਸੁਣ ਲਓ ਤੁਸੀਂ, ਘੁੱਦੇ ਪਿੰਡ ਬਠਿੰਡੇ ਜ਼ਿਲ੍ਹੇ ਵਿੱਚ 50 ਕਰੋੜ ਰੁਪਈਏ ਦਾ ਸਪੋਰਟਸ ਸਕੂਲ ਬਣਾਇਆ, 22 ਕਰੋੜ ਰੁਪਈਆ ਖੇਡ ਕਲੱਬਾਂ ਨੂੰ ਵੰਡਿਆ, 5,000 ਜਿਮ ਕਿੱਟਾਂ ਵੰਡੀਆਂ ਬਾਦਲ ਸਾਹਿਬ ਨੇ, 2 ਕਰੋੜ ਨਾਲ ਜਲੰਧਰ ਖੇਡ ਹੋਸਟਲ ਤੇ ਅਕੈਡਮੀ ਬਣਾਈ, ਬਾਦਲ ਪਿੰਡ ਵਿੱਚ ਲੜਕੀਆਂ ਲਈ ਖੇਡ ਅਕੈਡਮੀ, ਆਨੰਦਪੁਰ ਸਾਹਿਬ ਵਿਖੇ ਦਸਮੇਸ਼ ਮਾਰਸ਼ਲ ਦੀ ਅਕੈਡਮੀ ਵੀ ਬਾਦਲ ਸਾਹਿਬ ਨੇ ਬਣਾਈ ਹੈ। ਮੈਂ ਤਾਂ ਹੁਣ ਲੱਖਾਂ ਲਾ ਲਿਆ, ਜਿੱਤਣਗੇ ਤਾਂ ਬਾਦਲ ਸਾਹਿਬ ਹੀ, ਬਾਕੀ ਸਭ ਫੜਾ ਮਾਰਨ ਵਾਲੇ ਆ, ਆਪਾਂ ਹੁਣ ਇਹਨਾਂ ਨੂੰ ਹੀ ਵੋਟਾਂਗੇ। ਲਾਰੇ ਲੱਭਿਆਂ ਦੀ ਜੰਜ ਲੈ ਕੇ ਆਏ ਲਾੜੇ ਬਰਾਤੀ, ਚੋਣਾਂ ਵੇਲੇ ਹੀ ਦਰਸ਼ਨ ਦਿੰਦੇ ਡੱਡੂਏ ਬਰਸਾਤੀ, ਕੰਨ ਝਾੜ ਕੇ ਵਾਪਸ ਮੁੜ ਜੋ, ਕੰਨ ਝਾੜ ਕੇ ਵਾਪਸ ਮੁੜ ਜੋ, ਵਾਰੀ ਥੋੜੀ ਨੀ ਆਉਣੀ, ਗੁੱਡੀ ਰੱਖੜੇ ਨੇ ਜਿੱਤਦੀ ਇੱਥੋਂ ਚੜਾਉਣੀ, ਗੁੱਡੀ ਰੱਖੜੇ ਨੇ ਜਿੱਤਦੀ ਇੱਥੋਂ ਚੜਾਉਣੀ, ਸਵਾਲੀ ਦਰ ਤੇ ਪੌੜਿਆ ਖਾਲੀ ਹੱਥ ਨਾ ਆਇਆ, ਹਲਕੇ ਦੀ ਕਿਸੇ ਮੰਗ ਨੂੰ ਇਹਨੇ ਕਦੇ ਨਹੀਂ ਠੁਕਰਾਇਆ, ਹਲਕੇ ਦੀ ਕਿਸੇ ਮੰਗ ਨੂੰ ਇਹਨੇ ਕਦੇ ਨਹੀਂ ਠੁਕਰਾਇਆ, ਬਾਰੇ ਨਿਆਰੇ ਕਰਦੇ ਦੇ ਉਹ, ਬਾਰੇ ਨਿਆਰੇ ਕਰਦੇ ਦੇ, ਵਰਗੀ ਬੋਝ ਨੀ ਚਾਉਣੀ, ਗੁੱਡੀ ਰੱਖੜੇ ਨੇ ਜਿੱਤਦੀ ਇੱਥੋਂ ਚੜਾ, ਕਰਦੇ ਬੱਲੇ ਬੱਲੇ ਟੱਕਾ ਇਹਦੇ ਵੱਲ ਸੁੱਟਣ ਸਾਰੇ, ਰੌਂਦ ਬਾਕੀ ਨੇ ਚੱਲੇ, ਟੱਕਾ ਇਹਦੇ ਵੱਲ ਸੁੱਟਣ ਸਾਰੇ, ਰੌਂਦ ਬਾਕੀ ਨੇ ਚੱਲੇ, ਚਾਹ ਪਾਣੀ ਵੀ ਪੁੱਛਦਾ ਕੋਈ ਨੀ, ਚਾਹ ਪਾਣੀ ਵੀ ਪੁੱਛਦਾ ਕੋਈ ਨੀ, ਅਕਲ ਠਿਕਾਣੇ ਆਉਣੀ, ਗੁੱਡੀ ਰੱਖੜੇ ਨੇ ਜਿੱਤਦੀ ਇੱਥੋਂ ਚੜਾਉਣੀ, ਗੁੱਡੀ ਰੱਖੜੇ ਨੇ ਜਿੱਤਦੀ ਇੱਥੋਂ ਚੜਾਉਣੀ, ਰੱਖੜੇ ਨੇ।
ਵਿਧਵਾ ਬੁਢਾਪਾ ਪੈਨਸ਼ਨ ਵਾਲੀਏ ਨੇ ਚੱਕਰ ਚੁੰਡਾ ਚਲਾਇਆ ਸ਼ਗਨ ਧੀਆਂ ਦਾ ਕੋਟਾ ਕਣਕ ਦਾ ਵਕਤ ਤੋਂ ਨਹੀਂ ਖੁਜਾਇਆ ਸ਼ਗਨ ਧੀਆਂ ਦਾ ਕਣਕ ਦਾ ਕੋਟਾ ਵਕਤ ਤੋਂ ਨਹੀਂ ਖੁਜਾਇਆ ਹਲਕੇ ਨੂੰ ਹੈ ਮਾਣ ਇਹਨਾਂ ਤੇ ਹਲਕੇ ਨੂੰ ਹੈ ਮਾਣ ਇਹਨਾਂ ਤੇ ਉਲਝ ਦਾਣੀ ਸਲਜਾਉਣੀ ਗੁੱਡੀ ਰੱਖੜੇ ਨੇ ਜਿੱਤਦੀ ਇੱਥੋਂ ਚੜਾਉਣੀ ਗੁੱਡੀ ਰੱਖੜੇ ਨੇ ਜਿੱਤਦੀ ਇੱਥੋਂ ਚੜਾਉਣੀ ਕਿਸੇ ਵੀ ਉਤਰੇ ਪੂਰਨਾ ਸੰਗ ਦੂਜੇ ਪੜਵਾਉਂਦੇ ਹਾਰੀ ਹੋਈ ਲੜਾਈ ਲੜਦੇ ਐਵੇਂ ਕੱਛਾਂ ਵਜਾਉਂਦੇ ਹਾਰੀ ਹੋਈ ਲੜਾਈ ਲੜਦੇ ਐਵੇਂ ਕੱਛਾਂ ਵਜਾਉਂਦੇ